ਰਾਜ ਵਿੱਚ ਕੋਵਿਡ 19 ਦੇ ਮਰੀਜ਼ ਸਾਹਮਣੇ ਆਉਣ ਦੇ ਕਾਰਨ ਦੇਸ਼ ਵਿੱਚ ਮਹਾਮਾਰੀ ਫੈਲਣ ਦੇ ਖਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ 21 ਦਿਨ ਦੇ ਲੋਕਡਾਊਨ ਕਰਨ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤੀ ਵਰਤਦਿਆਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਰਫਿਊ ਲਗਾ ਦਿੱਤਾ ਹੈ। ਕੁਝ ਇੱਕ ਸ਼ਰਾਰਤੀ ਅਨਸਰ ਜੋ ਬਿਨਾਂ ਕਿਸੇ ਕਾਰਨ ਆਵਾਰਾ ਸੜਕਾਂ 'ਤੇ ਘੁੰਮ ਰਹੇ ਸਨ ਨੂੰ ਤਾੜਨਾ ਦੇਣ ਮਗਰੋਂ ਘਰਾਂ ਨੂੰ ਜਾਣ ਦਿੱਤਾ ਗਿਆ। ਇਸ ਸੰਬੰਧਿਤ SHO ਥਾਣਾ ਸੁਲਤਾਨਵਿੰਡ ਅਤੇ DSP ਸਾਊਥ ਮੰਗਲ ਸਿੰਘ, ਵਾਰਡ ਕੌਂਸਲਰ ਜਸਵਿੰਦਰ ਸਿੰਘ ਸ਼ੇਰਗਿੱਲ ਨੇ ਆਮ ਜਨਤਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੀਆਂ ਹਦਾਇਤਾਂ ਦੇ ਚੱਲਦੇ ਲਗਾਏ ਗਏ ਕਰਫਿਊ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸਰਦਾਰ ਸ਼ਿਵਦਿਆਲ ਸਿੰਘ ਢਿੱਲੋਂ ਵੱਲੋਂ ਫੌਜਦਾਰੀ ਜ਼ਾਬਤਾ ਸੰਹਿਤਾ 1973 ਦੀ ਧਾਰਾ 144 ਅਤੇ ਮਹਾਮਾਰੀ ਐਕਟ 1897 ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਮਿਤੀ 23 ਮਾਰਚ 2020 ਤੋਂ ਅਗਲੇ ਹੁਕਮਾਂ ਤੱਕ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਉਹਨਾਂ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਕਿ ਕਰਫਿਊ ਦੌਰਾਨ ਲੋਕਾਂ ਦੇ ਘਰਾਂ 'ਚੋਂ ਬਾਹਰ ਆਉਣ, ਗਲੀ ਰੋਡ 'ਤੇ ਜਾਂ ਕਿਸੇ ਜਨਤਕ ਥਾਵਾਂ ਆਦਿ ਦੇ ਆਉਣ 'ਤੇ ਸਖ਼ਤ ਮਨਾਹੀ ਕੀਤੀ ਗਈ, ਜਿਸ ਦੀ ਤਾਮੀਲ ਕਰਵਾਉਣਾ ਹੁਣ ਪੁਲਿਸ ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਹੈ। DCSP ਮੰਗਲ ਸਿੰਘ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਦੇ ਕਰਫਿਊ ਨੂੰ ਤੋੜਨ ਵਾਲਿਆਂ ਖਿਲਾਫ਼ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ। ਆਮ ਜਨਤਾ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਖਾਤਰ ਨਿਰਧਾਰਿਤ ਸਮੇਂ ਅਨੁਸਾਰ ਆਪਣੇ ਘਰਾਂ ਵਿੱਚ ਰਹਿਣ ਦੀ ਅਪੀਲ ਵੀ ਕੀਤੀ ਗਈ। ਸੰਜੀਵ ਪੁੰਜ ਦੇ ਨਾਲ ਸਾਹਿਲ ਗੁਪਤਾ ਦੀ ਖਾਸ ਰਿਪੋਰਟ, ਲਾਈਟ ਇਨਫੋਰਮੇਸ਼ਨ ਨਿਊਜ਼ ਅੰਮ੍ਰਿਤਸਰ। ਪ੍ਰਸ਼ਾਸਨ ਨੇ ਜੋ ਹਦਾਇਤਾਂ ਦਿੱਤੀਆਂ ਅਤੇ ਜੋ ਏਰੀਆ ਦੇ ਵਿੱਚ ਲੋਕਾਂ ਨੂੰ ਜ਼ਰੂਰਤਮੰਦ ਚੀਜ਼ਾਂ ਜਿਵੇਂ ਦੁੱਧ, ਸਬਜ਼ੀਆਂ, ਫਲ, ਆਟਾ ਵਗੈਰਾ ਇਹ ਪ੍ਰੋਵਾਈਡ ਕਰਨ ਦੇ ਜੋ ਹਦਾਇਤਾਂ ਨੇ ਜਾਂ ਉਹਨਾਂ ਦੀ ਟਾਈਮਿੰਗਸ ਨੇ ਉਹਨਾਂ ਬਾਰੇ ਮੈਂ ਜਾਣੂ ਕਰਵਾਉਣ ਲਈ ਆਇਆ ਸੀ। ਔਰ ਅਸੀਂ ਇਹ ਗੁਰਦੁਆਰਾ ਸਾਹਿਬ ਜਾਂ ਹੋਰ ਧਾਰਮਿਕ ਸਥਾਨਾਂ 'ਤੇ ਇਹਦੀ ਅਨਾਊਂਸਮੈਂਟ ਕਰਵਾ ਰਹੇ ਹਾਂ, ਉਹਨਾਂ ਨੂੰ ਲਿਖਤੀ ਦੇ ਰਹੇ ਹਾਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਇਹਦੇ ਬਾਰੇ ਨੌਲੇਜ ਦਿਓ। ਸਰ, ਕੁਝ ਲੋਕ ਦੇਖਣ ਨੂੰ ਮਿਲਿਆ ਕਿ ਬਾਹਰ ਅਵਾਰਾ ਘੁੰਮ ਰਹੇ ਨੇ, ਬਿਨਾਂ ਕੰਮ ਤੋਂ ਜਿਹੜੇ ਬਾਹਰ ਘੁੰਮ ਰਹੇ ਨੇ, ਗਲੀਆਂ ਬਾਜ਼ਾਰਾਂ ਵਿੱਚ ਖੜ੍ਹੇ ਨੇ, ਜਦਕਿ ਉਹਨਾਂ ਨੂੰ ਕੋਈ ਕੰਮ ਨਹੀਂ, ਉਹਨਾਂ ਦੇ ਖਿਲਾਫ਼ ਵੀ ਕੋਈ ਕਾਰਵਾਈ ਕਰੇ? ਉਹਨਾਂ ਨੂੰ ਇਹ ਹੈ ਵੀ ਅਸੀਂ ਉਹਨਾਂ ਨੂੰ ਕਈ ਵਾਰੀ ਸਮਝਾ ਚੁੱਕੇ ਹਾਂ, ਵਾਰਨਿੰਗ ਵੀ ਦਿੱਤੀ, ਜਿਹੜਾ ਨਹੀਂ ਮੰਨਦਾ ਫਿਰ ਉਹਦੇ ਖਿਲਾਫ਼ ਅਸੀਂ ਕਾਰਵਾਈ ਕਰਾਂਗੇ, ਉਹਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰਾਂਗੇ 188 ਆਈ। ਕੋਈ ਨਜਾਇਜ਼ ਘੁੰਮ ਰਹੇ ਉਹਨਾਂ 'ਤੇ ਤਾਂ ਜ਼ਰੂਰ ਕਰ ਰਹੇ, ਕਈਆਂ ਦੀ ਮਜਬੂਰੀ ਹੈ, ਕੋਈ ਬਿਮਾਰ ਹੈ, ਇਹਦੀ ਹੋਰ ਕੋਈ ਮਜਬੂਰੀ, ਰਾਸ਼ਨ ਨਹੀਂ ਹੈਗਾ ਜਾਂ ਕਿਸੇ ਨੂੰ ਕੋਈ ਚੀਜ਼, ਬੱਚਾ ਢਿੱਲਾ ਉਹਨੂੰ ਦੁੱਧ ਚਾਹੀਦਾ, ਇਹੋ ਜਿਹੀ ਚੀਜ਼ਾਂ ਕਈ ਮਜਬੂਰੀ 'ਚ ਆਉਂਦੇ ਨੇ, ਫਿਰ ਉਹਨਾਂ ਨੂੰ ਗਾਈਡ ਕਰੀਦਾ, ਜੋ ਪ੍ਰਸ਼ਾਸਨ ਨੇ ਬੰਦੋਬਸਤ ਕੀਤਾ ਉਹਨਾਂ ਮੁਤਾਬਕ ਉਹਨਾਂ ਨੂੰ ਦੱਸੀਦਾ ਤਾਂ ਕਿ ਉੱਥੋਂ ਤੁਹਾਨੂੰ ਚੀਜ਼ ਪ੍ਰੋਵਾਈਡ ਹੋ ਸਕਦੀ ਹੈ ਜਾਂ ਇਸ ਤਰ੍ਹਾਂ ਕਰੋ, ਉਹ ਫਿਰ ਤਾਂ ਲੋਕ ਆਖੇ ਲੱਗਦੇ ਨੇ। ਮੈਂ ਜਸਵਿੰਦਰ ਸਿੰਘ ਸ਼ੇਰਗਿੱਲ, ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਇੰਟਕ, ਔਰ ਮੇਰੇ ਮਾਤਾ ਜੀ ਇਸ ਵਾਰਡ ਨੰਬਰ 39 ਤੋਂ ਕੌਂਸਲਰ ਨੇ। ਅਸੀਂ ਇਸ ਇਲਾਕੇ ਦੇ ਸੇਵਾਦਾਰ ਹੋਣ ਦੇ ਨਾਤੇ ਖਾਸ ਤੌਰ 'ਤੇ ਆਪਣੇ ਵਾਰਡ ਨੰਬਰ 39 ਦੇ ਲੋਕਾਂ ਨੂੰ ਇਹ ਇੱਕ ਅਪੀਲ ਕਰਦੇ ਹਾਂ ਕਿ ਜਿਹੜੀ ਇੱਕ ਭਿਅੰਕਰ ਮਹਾਂਮਾਰੀ ਕਰੋਨਾ ਵਾਇਰਸ ਦੇ ਨਾਂ ਦੇ ਉੱਤੇ ਜਿਹਨੇ ਕਿ ਪੂਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੈ, ਉਹਦਾ ਜਿਹੜਾ ਬਚਾਅ ਹੈ ਉਹ ਸਿਰਫ ਇਹੋ ਕਿ ਆਪਾਂ ਸੋਸ਼ਲ ਡਿਸਟੈਂਸ ਬਣਾ ਕੇ ਰੱਖੀਏ ਔਰ ਆਪਾਂ ਆਪਣੇ ਘਰਾਂ ਦੇ ਵਿੱਚ ਰਹੀਏ। ਜੋ ਸਰਕਾਰ ਦੀਆਂ ਸਾਨੂੰ ਹਦਾਇਤਾਂ ਹਨ, ਜੋ ਸਰਕਾਰ ਇੱਕ ਉਪਰਾਲੇ ਕਰ ਰਹੀ ਹੈ, ਜੋ ਵੀ ਉਹ ਕਦਮ ਚੁੱਕ ਰਹੀ ਹੈ, ਸਾਨੂੰ ਸਾਰਿਆਂ ਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਅਤੇ ਉਸ ਨੂੰ ਲਾਗੂ ਕਰਨ ਲਈ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ। This is a 7 Lions Crew and you watching Light of Nation. आप देख रहे हैं लॉन न्यूज़।